Welcome back to the program, and I hope you are well and enjoying the program. My guest today is Bindu, and we're talking about Bindu's life. Asi Bindu di zindagi bare gal kar rahe hain. So appa mud ke hun janne hain ki Bindu wal aur appa dekhiye. Acha Bindu, bahut sari ummeedan, bahut sari tade dil vich dhungiyan ummeedan hagiyan rakhiyan hoiyan. Oh puriyan honiyan ja nahi honiyan. ਦੁਨਿਆਵੀ ਤੌਰ ਤੇ ਕਹਿੰਦੇ ਹੈਗੇ ਕਿ ਬਈ ਇਹ ਤਾਂ ਬੰਦੇ ਤੇ ਆਪ ਉਹਦੇ ਹੱਥ ਦੇ ਵਿੱਚ ਆ ਹਨਾ ਬਿਲਕੁਲ ਬਿਲਕੁਲ ਹਾਂਜੀ ਪਰ ਆਪਾਂ ਬਲੀਵ ਕਰਦੇ ਹਾਂ ਕਿ ਇਹ ਡੂੰਘੀਆਂ ਉਮੀਦਾਂ ਔਰ ਖੁਸ਼ੀਆਂ ਪੂਰੀਆਂ ਕਰਨ ਵਾਲਾ ਸੱਚਾ ਜ਼ਿੰਦਾ ਯਹੋਵਾ ਹੈ ਬਿਲਕੁਲ ਠੀਕ ਹੈ ਨਾ ਸੋ ਤੇਰੇ ਵੀ ਡ੍ਰੀਮਸ ਬਣੇ ਹੋਏ ਹੈਗੇ ਆ ਜੀ ਔਰ ਡ੍ਰੀਮਸ ਦੇ ਵਿੱਚੋਂ ਬੜੇ ਅੱਛੇ ਡ੍ਰੀਮਸ ਹੈਗੇ ਆ ਤਾਂ ਤੁਸੀਂ ਦੱਸੋ ਵੀ ਗਾਂ ਤੁਹਾਡੀ ਲਾਈਫ ਕੀ ਹੋਇਆ ਸੱਟ ਵੀ ਬਹੁਤ ਲੱਗੇ ਹੈਗੇ ਆ ਹਾਂਜੀ ਹਾਂਜੀ ਦੱਸਿਆ ਵੀ ਇੱਕ ਬ੍ਰਦਰ ਦੀ ਡੈਥ ਹੋਣੀ ਜੀ ਜੀ ਵੀ ਬਹੁਤ ਮੁਸ਼ਕਲ ਹੈ ਔਰ ਉਹ ਵੀ ਇੱਕ ਤਰ੍ਹਾਂ ਇੱਕ ਮਾਈਲਸਟੋਨ ਹੋ ਜਾਂਦਾ ਬਿਲਕੁਲ ਉਸ ਤਰ੍ਹਾਂ ਤੁਹਾਡੇ ਕੀ ਫੀਲਿੰਗਸ ਇੱਥੋਂ ਹੀ ਸ਼ੁਰੂ ਕਰਦੇ ਹਾਂ ਹਾਂਜੀ ਪਾਸਟਰ ਜੀ ਜਿੱਦਾਂ ਮਤਲਬ ਵੀ ਮੇਰਾ ਬ੍ਰਦਰ ਸਾਡੇ ਬਹੁਤ ਕਲੋਜ਼ ਸੀ ਕਿਉਂਕਿ ਸੇਮ ਹੀ ਏਜ ਦੇ ਸੀ ਸਾਰੇ ਜਿੱਦਾਂ ਮਤਲਬ ਇੰਨਾ ਤਾਂ ਨਹੀਂ ਡਿਫਰੈਂਸ ਸੀ ਜਿੱਦਾਂ ਵੱਡੀਆਂ ਸਿਸਟਰ ਸੀ ਜ਼ਿਆਦਾ ਜਿੱਦਾਂ ਡਿਫਰੈਂਸ ਬ੍ਰਦਰ ਮੈਂ ਅਤੇ ਮੇਰਾ ਇਹ ਵੱਡਾ ਬ੍ਰਦਰ ਅਤੇ ਮੇਰਾ ਛੋਟਾ ਬ੍ਰਦਰ ਥੋੜ੍ਹਾ ਡਿਫਰੈਂਸ ਸੀ ਸਾਡੇ ਜਿੱਦਾਂ ਏਜ ਤਾਂ ਇਕੱਠੇ ਹੀ ਵੱਡੇ ਸੀਗੇ ਹੋਏ ਬਹੁਤ ਸੱਟ ਲੱਗੀ ਹੋਣੀ ਹਾਂਜੀ ਬਹੁਤ ਸੱਟ ਲੱਗੇ ਤੋ ਮਗਰ ਫਿਰ ਵੀ ਪਰਮੇਸ਼ਰ ਨੇ ਤਸੱਲੀ ਦੀ ਧੀਰੇ ਧੀਰੇ ਫੋਰਗੈਟ ਕੀਆ ਮਗਰ ਭੁਲਤਾ ਤਾਂ ਨਹੀਂ ਹੈ ਕਿਉਂਕਿ ਆਪਣਾ ਭਾਈ ਬਹਿਣ ਜੋ ਹੋਤਾ ਹੈ ਸਾਥ ਪੀਸ ਦਿੱਤੀ ਚੈਨ ਦਿੱਤੀ ਹਾਂ ਇਹ ਕਹਿ ਸਕਦੇ ਚੈਨ ਮਿਲ ਗਈ ਹੈ ਬਿਲਕੁਲ ਹਾਂਜੀ ਹਾਂਜੀ ਅੱਛਾ ਠੀਕ ਹੈ ਚਲੋ ਇਹ ਵੀ ਪਾਰਟ ਆਪਾਂ ਨੰਗ ਚ ਗਏ ਹੈਗੇ ਜੀ ਹੁਣ ਆ ਗਈ ਹੈ ਕਿ ਬਿੰਦੂ ਮੈਸੀ ਜੀ ਗਾਂ ਕਿੱਦਾਂ ਵਧੀ ਜੀ ਮੈਂ ਇਹ ਬਤਾਉਣਾ ਚਾਹੂੰਗੀ ਜੋ ਇਸ ਸਮੇਂ ਦੇਖ ਰਹੇ ਹੈ ਕਿ ਜੈਸੇ ਮੇਰੀ ਪਰਮੇਸ਼ਰ ਨੇ ਲਾਈਫ ਚੇਂਜ ਕੀ ਹੈ ਮੈਂ ਚਾਹਤੀ ਵੈਸੇ ਪਰਮੇਸ਼ਰ ਸਭ ਕੀ ਜ਼ਿੰਦਗੀ ਕੋ ਚੇਂਜ ਕਰੇ ਇਸ ਪ੍ਰੋਗਰਾਮ ਕੋ ਦੇਖ ਕਰ ਕਿਉਂਕਿ ਜੈਸੇ ਅਭੀ ਮੇਰੀ ਏਜ ਆਪ ਦੇਖ ਸਕਦੇ ਇਤਨੀ ਤੋ ਜੈਸੇ ਯੰਗ ਹੂੰ ਤੋ ਮੁਝੇ ਖੁਦਾ ਨੇ ਬਚਪਨ ਸੇ ਹੀ ਜੈਸੇ ਮੈਨੇ ਸਹੋਸ਼ ਸੰਭਾਲੇ ਪਰਮੇਸ਼ਰ ਕੋ ਧੀਰੇ ਧੀਰੇ ਜਾਨਣਾ ਸ਼ੁਰੂ ਕੀਆ ਫਿਰ ਬੜਤੀ ਗਈ ਅਕੇਲੇ ਘਰ ਵਾਲੋ ਕੋ ਵੀ ਪਤਾ ਨਹੀਂ ਹੋਤਾ ਤਾਂ ਅਕੇਲੇ ਮੈਨੇ ਬਾਇਬਲ ਪੜ੍ਹਨਾ ਕਮਰੇ ਮੇ ਜਾ ਕਰ ਦੁਆ ਕਰਨੀ ਔਰ ਫਿਰ ਮੇਰੇ ਕੋ ਪਰਮੇਸ਼ਰ ਨੇ ਜੋ ਵੀ ਬਤਾਉਣਾ ਮੈਨੇ ਕਭੀ ਕਿਸੇ ਕੋ ਬਤਾਇਆ ਨਹੀਂ ਕਿ ਪਰਮੇਸ਼ਰ ਕਿਆ ਬਤਾ ਰਹੇ ਕਿਉਂਕਿ ਮੈਂ ਤਾਂ ਖੁਦ ਬੱਚੀ ਤੀ ਤੋ ਫਿਰ ਐਸੇ ਧੀਰੇ ਧੀਰੇ ਫਿਰ ਵਹਾਂ ਸਟੱਡੀ ਕੀ ਸਕੂਲ ਮੇ ਪੜ੍ਹੇ ਸਾਰੇ ਇਕੱਠੇ ਭਾਈ ਬਹਿਣ ਪੜ੍ਹ ਰਹੇ ਥੇ ਪੜ੍ਹਤੇ ਪੜ੍ਹਤੇ ਉਸਕੇ ਬਾਅਦ ਫਿਰ ਮੈਨੇ ਮੰਮੀ ਪਾਪਾ ਕੋ ਬੋਲਾ ਕਿ ਮੈਂ ਬਾਹਰ ਜਾਣਾ ਚਾਹਤੀ ਹੂੰ ਸਟੱਡੀ ਕੇ ਲਈ ਕਿਉਂਕਿ ਮੇਰੀ ਫਰੈਂਡਸ ਯਹਾਂ ਪਰ ਆਈ ਹੋਈ ਥੀ ਉਹਨਾਂ ਨੇ ਕਿ ਮੇਰੇ ਕੋ ਫੋਰਸ ਕੀਆ ਕਿ ਤੂੰ ਵੀ ਨਿਕਲਣ ਕੀ ਕੋਸ਼ਿਸ਼ ਕਰ ਕਿ ਬਾਹਰ ਆ ਜਾ ਵੈਸੇ ਪਾਸਟਰ ਜੀ ਮੇਰਾ ਕੋਈ ਪਲਾਨ ਨਹੀਂ ਥਾ ਇਹ ਪਰਮੇਸ਼ਰ ਕਾ ਪਲਾਨ ਥਾ ਕਿਉਂਕਿ ਪਰਮੇਸ਼ਰ ਮੇਰੀ ਜ਼ਿੰਦਗੀ ਯਹਾਂ ਪਰ ਇਸਤੇਮਾਲ ਕਰਨਾ ਚਾਹਤੇ ਥੇ ਤੁਸੀਂ ਉਸ ਤਰ੍ਹਾਂ ਵੀ ਮਤਲਬ ਹਲੇ ਬੋਰਨ ਅਗੇਨ ਨਹੀਂ ਹੋਏ ਸੀ ਤੁਸੀਂ ਖੁਦਾਵੰਦ ਯਿਸੂ ਮਸੀਹ ਦੇ ਚ ਆਏ ਨਹੀਂ ਸੀ ਹਲੇ ਨਹੀਂ ਪਾਸਟਰ ਜੀ ਆ ਗਈ ਥੀ ਮੈਂ ਉਹ ਮੈਨੂੰ ਪਾਰਟ ਦੱਸੋ ਪਹਿਲੋਂ ਹਾਂ ਇਹ ਮੈਂ ਬਤਾਉਣਾ ਚਾਹੂੰਗੀ ਆਪਣੇ ਜੋ ਦੇਖ ਰਹੇ ਹੈ ਇਸ ਸਮੇਂ ਕਿ ਜੈਸੇ ਹਮ ਇੰਡੀਆ ਮੇਂ ਥੇ ਤੋ ਜੈਸੇ ਮੰਮੀ ਆਗੇ ਬੜੇ ਪਾਪਾ ਆਗੇ ਬੜੇ ਪਰਮੇਸ਼ਰ ਕੇ ਨਾਮ ਸੇ ਹਮ ਵੀ ਭਾਈ ਬਹਿਣ ਆਗੇ ਬੜੇ ਜੈਸੇ ਸਾਰੇ ਤੋ ਹਮਨੇ ਵੀ ਵਹੀਂ ਸੇ ਬਪਤਿਸਮਾ ਲਿਆ ਪਾਸਟਰ ਬਲਬੀਰ ਸੇ ਹਮਨੇ ਹੀ ਬਪਤਿਸਮਾ ਲਿਆ ਸਭ ਨੇ ਔਰ ਪਰਮੇਸ਼ਰ ਨੇ ਫਿਰ ਹਮੇ ਇਸਤੇਮਾਲ ਕਰਨਾ ਸ਼ੁਰੂ ਕੀਆ ਫਿਰ ਬਪਤਿਸਮਾ ਲੈਣ ਕੇ ਬਾਅਦ ਪਰਮੇਸ਼ਰ ਨੇ ਮੁਝੇ ਬਲੈਸ ਕੀਆ ਹੋਲੀ ਸਪਿਰਿਟ ਮਿਲੀ ਕਿਸ ਤਰ੍ਹਾਂ ਇਹ ਇਹਦੇ ਬਾਰੇ ਮੈਨੂੰ ਦੱਸੋ ਵੀ ਉਹ ਰਾਤ ਕਿੱਦਾਂ ਦੀ ਸੀ ਉਹ ਦਿਨ ਕਿੱਦਾਂ ਦਾ ਸੀਗਾ ਕਿ ਜਿਸ ਦਿਨ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਵਾਕਿਆ ਦੇ ਵਿੱਚ ਜਿਹੜੀ ਤੁਹਾਡੀ ਪੁਰਾਣੀ ਜ਼ਿੰਦਗੀ ਜਿਹੜੀ ਇੰਨੀਆਂ ਗੰਦੀ ਜ਼ਿੰਦਗੀਆਂ ਤੁਹਾਡੀ ਨਵੀਂ ਜ਼ਿੰਦਗੀ ਜਿਹੜੀ ਹੈਗੀ ਉਹ ਕਿਹੜਾ ਐਕਸਪੀਰੀਅੰਸ ਸੀਗਾ ਕਿ ਜਿਹੜਾ ਤੁਹਾਨੂੰ ਲੈ ਕੇ ਆਇਆ ਜੈਸੇ ਪਾਸ ਜਿਹੜੇ ਬਪਤਿਸਮਾ ਲਿਆ ਉਸਕੇ ਬਾਅਦ ਧੀਰੇ ਧੀਰੇ ਬੜਨੇ ਵਚਨ ਪੜ੍ਹਨੇ ਲੱਗੇ ਧੀਰੇ ਧੀਰੇ ਆਗੇ ਬੜਨੇ ਲੱਗੇ ਤੋ ਜਬ ਇੱਕ ਵਾਰ ਨਾ ਵਹਾਂ ਪਰ ਕਨਵੈਨਸ਼ਨ ਹੋਈ ਥੀ ਜੈਸੇ ਪਾਸਟਰ ਆਏ ਥੇ ਬਾਹਰ ਸੇ ਆਸਟ੍ਰੇਲੀਆ ਸੇ ਪਾਸਟਰ ਆਏ ਥੇ ਤੋ ਉਹਨਾਂ ਨੇ ਬਲੈਸ ਕੀਆ ਥਾ ਜੈਸੇ ਉਹਨਾਂ ਨੇ ਸਭ ਕੇ ਉਪਸਰ ਕੇ ਉੱਪਰ ਪ੍ਰੇਅਰ ਕਰ ਰਹੇ ਥੇ ਤੋ ਵੈਸੇ ਮੁਝੇ ਵੀ ਉਹਨਾਂ ਨੇ ਬੋਲਾ ਕੰਪਟੀਸ਼ਨ ਐਸੇ ਰੱਖਾ ਹੋਇਆ ਥਾ ਛੋਟੇ ਬੱਚੋਂ ਕੇ ਕਿ ਗਾਣੇ ਗਾਣੇ ਕੇ ਲਈ ਹਮ ਵੀ ਬੀਚ ਮੇਂ ਘੁਸ ਗਏ ਚਲੋ ਇੱਕ ਇੱਕ ਗਾਣਾ ਹਮ ਵੀ ਗਾ ਲੈਂਦੇ ਹਾਂ ਛੋਟਾ ਛੋਟਾ ਕੋਈ ਕੋਰਸ ਵਗੈਰਾ ਤੋ ਉਹਨਾਂ ਨੇ ਫਿਰ ਬਲੈਸ ਤਬ ਤੋ ਏਜ ਜੈਸੇ ਥੀ ਸਮਝਦਾਰ ਥੇ ਤੋ ਪਤਾ ਥਾ ਤਬ ਯੰਗ ਥੇ ਮਗਰ ਚਲੋ ਪਰਮੇਸ਼ਰ ਨੇ ਜੈਸੇ ਵੀ ਨਾ ਉਹਨਾਂ ਨੇ ਪ੍ਰੇਅ ਕੀ ਹਮਾਰੇ ਉੱਪਰ ਤੋ ਫਿਰ ਨਾ ਮੈਂ ਝਟਕਾ ਲਗਾ ਤੋ ਪਿੱਛੇ ਗਿਰ ਗਈ ਜ਼ੋਰ ਕੇ ਤੋ ਫਿਰ ਜ਼ਮੀਨ ਪੇ ਗਿਰੀ ਰਹੀ ਕਾਫੀ ਦੇਰ ਰੋਤੀ ਰਹੀ ਰੋਤੀ ਰਹੀ ਰੋਤੀ ਫਿਰ ਪਰਮੇਸ਼ਰ ਨੇ ਇੱਕਦਮ ਮੇਰੇ ਕੋ ਜੈਸੇ ਮਤਲਬ ਵੀ ਪਤਾ ਲੱਗਾ ਕਿ ਬਾਡੀ ਮੇਂ ਕੁਛ ਹੁਆ ਜੈਸੇ ਪਰਮੇਸ਼ਰ ਕਾ ਟੱਚ ਹੋਤਾ ਹੈ ਤੋ ਉਸਕੇ ਬਾਅਦ ਮੇਰੀ ਜ਼ੁਬਾਨ ਵੀ ਜੈਸੇ ਆਪਣੇ ਆਪ ਚੇਂਜ ਹੋ ਗਈ ਤੋ ਮੈਨੇ ਵਚਨ ਪੜ੍ਹਨਾ ਸ਼ੁਰੂ ਕਰ ਦਿਆ ਧੀਰੇ ਧੀਰੇ ਤੋ ਫਿਰ ਪਤਾ ਚੱਲਾ ਕਿ ਪਰਮੇਸ਼ਰ ਨੇ ਮੁਝੇ ਪਵਿੱਤਰ ਆਤਮਾ ਦੇ ਦੀ ਹੈ ਫਿਰ ਮੈਂ ਮੰਮੀ ਕੋ ਬਤਾਇਆ ਮੈਨੂੰ ਮੰਮੀ ਮੁਝੇ ਪਵਿੱਤਰ ਆਤਮਾ ਫਿਰ ਮੈਂ ਔਰ ਮੰਮੀ ਬੈਠ ਕੇ ਦੁਆ ਕਰਦੇ ਤੇ ਪਤਾ ਚੱਲਦਾ ਥਾ ਕਿ ਮੰਮੀ ਕੇ ਉੱਪਰ ਪਵਿੱਤਰ ਆਤਮਾ ਆਇਆ ਹੋਲੀ ਸਪਿਰਿਟ ਨੇ ਕੀਆ ਤੋ ਮੇਰੇ ਉੱਪਰ ਵੀ ਆਇਆ ਤੋ ਗੈਰ ਜ਼ੁਬਾਨ ਮੈਂ ਬਾਤ ਕਰਤੀ ਥੀ ਤੋ ਆਪਣੇ ਭਾਈ ਬਹਿਣੋ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਲੱਕੀ ਹੂੰ ਮਤਲਬ ਪਰਮੇਸ਼ਰ ਨੇ ਮੇਰੇ ਭਾਈ ਬਹਿਣੋ ਪਾਂਚੋਂ ਮੇ ਸੇ ਪਰਮੇਸ਼ਰ ਨੇ ਮੁਝੇ ਹੀ ਸਭ ਤੋਂ ਪਹਿਲੇ ਬਲੈਸ ਕੀਆ ਹੋਲੀ ਸਪਿਰਿਟ ਔਰ ਉਸਕੇ ਜ਼ਰੀਏ ਆਪਣੇ ਗੈਰ ਜ਼ੁਬਾਨ ਕੀ ਜੋ ਗਿਫਟ ਪਰਮੇਸ਼ਰ ਦੇਣਾ ਚਾਹਤਾ ਉਹ ਪਰਮੇਸ਼ਰ ਨੇ ਮੁਝੇ ਦੀਆ ਐਸੇ ਮੇਰੀ ਜ਼ਿੰਦਗੀ ਉਸਕੇ ਬਾਅਦ ਫਿਰ ਮੇਰੀ ਜ਼ਿੰਦਗੀ ਟਰੈਕ ਪੇ ਆ ਗਈ ਫਿਰ ਮੁਝੇ ਪਤਾ ਚੱਲਾ ਕਿ ਪਰਮੇਸ਼ਰ ਕਿਤਨਾ ਮਹਾਨ ਹੈ ਜੋ ਹਮਾਰੀ ਜ਼ਿੰਦਗੀ ਮੇਂ ਕਿਉਂਕਿ ਮੁਝੇ ਪਤਾ ਚੱਲ ਗਿਆ ਜਬ ਹਮੇ ਗਿਫਟ ਮਿਲਤੇ ਹੈ ਪਰਮੇਸ਼ਰ ਕੇ ਵਰਦਾਨ ਮਿਲਤੇ ਹੈ ਤੋ ਹਮੇ ਆਗੇ ਉਮੀਦ ਮਿਲ ਜਾਤੀ ਹੈ ਆਗੇ ਬੜ੍ਹਨੇ ਕੇ ਲੀਏ
आपको मैंने पहले भी बताया कि मैं एयर होस्टल बनना चाहती थी, मगर परमेश्वर ने मुझे उस ट्रैक में नहीं जाने दिया। परमेश्वर की योजना कुछ और थी मेरे लिए। तो मैं यही बताना चाहूँगी जो इस समय देख रहे हैं कि परमेश्वर की इच्छा के ऊपर सारी अपनी ज़िंदगी छोड़ दो, क्योंकि हम हमारे हाथ में कुछ नहीं होता, जो भी होता परमेश्वर के ऊपर होता है। ऐसे पास्टर जी मेरी ज़िंदगी को परमेश्वर ने बदला। तुसी हुण बोर्न अगेन हो गए हैं, तुसी बैप्टाइज्ड हो गए हैं, बपतिस्मा लेना बहुत ज़रूरी है। तुसी ये भी दस्या कि फ्रूट ऑफ द स्पिरिट तुहाडे उत्ते पवित्र आत्मा भी आ गई हैगी है, और खुदावंद और ने तुहाडे मम ना और तुहाडी फैमिली दे विचों पहला बच्चा जिद्दां कहिंदे जुड़ गए हैं, तुसी एक स्पिरिट दे विच हो गए हैं। ਤਾਂ ਤੁਸੀਂ ਤਮੰਨਾ ਰੱਖੀ ਹੋਈ ਹੈਗੀ ਬਾਹਰ ਜਾਣ ਦੀ, ਬਿਲਕੁਲ। ਉਹ ਕਿੱਥੋਂ ਸਟੋਰੀ ਹੋਈ ਜੀ ਪਾਸਟਰ ਜੀ? ਜੈਸੇ ਨਾ ਪਹਿਲੇ ਮੈਂ ਸ਼ੁਰੂ ਸੇ ਬਤਾਤੇ, 2003 ਮੈਂ ਯਹਾਂ ਪਰ ਆਈ ਥੀ। ਵੋ ਵੀ ਹਮਾਰੇ ਸਕੂਲ ਕਾ ਗਰੁੱਪ ਜਹਾਂ ਪਰ ਮੈਂ ਪੜ੍ਹਤੀ ਥੀ, ਸੇਂਟ ਥੋਮਸ ਸਕੂਲ, ਵਹਾਂ ਸੇ ਵੋ ਮੇਰੀ ਇੱਕ ਬੜੀ ਪਿਆਰੀ ਟੀਚਰ ਥੀ, ਵੋ ਮੇਰੇ ਕੋ ਬਹੁਤ ਪਿਆਰ ਕਰਤੀ ਥੀ। ਛੋਟੇ ਹੁੰਦੇ ਚਮਚਾਗਿਰੀ ਕਰਤੇ ਤੇ ਵੈਸੇ ਮੈਂ ਉਸਕੀ ਬੜੀ ਕਰਤੀ ਥੀ, ਆਗੇ ਛੋਟੀ ਹੋਤੀ ਥੀ ਉਸਕੇ ਆਗੇ ਪਿੱਛੇ ਘੁੰਮਣਾ, ਵੋ ਵੀ ਮੇਰੇ ਕੋ ਬੜਾ ਪਿਆਰ ਕਰਨ, ਕਿਉਂਕਿ ਬੱਚੇ ਨਹੀਂ ਥੇ ਤੋ ਸ਼ਾਦੀ ਸ਼ੁਦਾ ਥੇ। ਤੋ ਉਹਨਾਂ ਨੇ ਬੋਲਾ ਚੱਲ ਦੇਖਤੇ ਹੈ, ਤੋ ਮੈਨੇ ਬੋਲਾ ਵੀ ਮੈਨੇ ਵੀ ਬਾਹਰ ਜਾਣਾ, ਕਿਉਂਕਿ ਬੱਚੋਂ ਕੋ ਵੋ ਲੈ ਕੇ ਜਾ ਰਹੇ ਥੇ। ਵੋ ਕਹਤੇ ਇਤਨੇ ਪੈਸੇ ਲਗੇਂਗੇ, ਜਾ ਸਕਤੇ ਹੋ? 50,000 ਇੰਡੀਅਨ ਮਨੀ ਲੀ ਥੀ ਉਹਨਾਂ ਨੇ तब 2003 में, काफ़ी था तब ये पैसा पास्टर जी निकालना। बट फिर भी परमेश्वर ने इंतजाम किया, मम्मी पापा ने जैसे, और बाहर के मेरे बुआ यहाँ पर थे, उन्होंने वो कहते कोई प्रॉब्लम नहीं है, तो उन्होंने भेज दिया। एक मंथ के लिए मैं यहाँ पर आई, मेरे को बड़ा अच्छा लगा पास्टर जी, खूब मस्तीबाजी की। हम 12 लड़के 12 लड़कियाँ और 6 टीचर हमारे साथ आए थे। ये तो बात पास्टर जी मैंने आपको भी नहीं बताई। कहाँ कितने आए थे पास्टर जी? इधर ही आए थे, बर्मिंघम में, लंदन में, एशबोर्न में। कि देखना है स्कूल? नहीं पास्टर जी, कल्चर प्रोग्राम करने आई थी मैं, गाने के लिए, डांस टूंस करने। पास ऐसी भी थी मैं। अच्छा, डांस। हाँ जी, स्कूल में एक्टिविटी, हर एक्टिविटी में हिस्सा ले लेती थी, जहाँ मेरे दिल करता था वही घुस जाती थी। ठीक, बहुत अच्छी गल। अच्छा, सो तुसी एंजॉय कीता, इंग्लैंड देखा जी? एक मंथ ले, एक मंथली, ओनली वन फॉर वन मंथ। तो जैसे जून में मैं आई और जुलाई में चले गए हम लोग। ठीक। हाँ जी, तो पूरा तो प्यार हो गया इंग्लैंड ना? इंग्लैंड ना प्यार हो गया, दूध और शहद की यहाँ पर कहते नदियाँ बहती, परमेश्वर कहता वहाँ मैं तुझे लेकर जाऊंगा। ठीक, वो मैंने मजा चख लिया था। ठीक है, ओके, तुसी आ गए हैं इंग्लैंड देख लिया, और वाकया दे चे जिहड़ी कंट्री हैगी है, और एक दिन असीं भी तुहानूं दिखाना चाहुंदे कि कैमरे नूं लैके जावांगे बाहर, दिखावांगे तुहानूं भी इंग्लैंड किस तरह हैगा। सो तुसी हुण वापस चले गए जी? सो पश्चिम वापस चली गई। फिर मैंने अपनी, तब मैं 10वीं नहीं की थी, 10th नहीं की थी, तो फिर मैंने 10th की अपनी, 11वीं की, 12वीं की, पूरी अपनी स्टडी करके उसके बाद फिर मैंने अप्लाई किया इंग्लैंड के लिए। अच्छा, देन यू अप्लाई इधर इंग्लैंड? हाँ जी, मगर पास्टर जी उसमें भी बड़ी मुसीबतें आई, क्योंकि कभी शैतान नहीं चाहता कि ये बरकत पा जाए, परमेश्वर बरकत देना चाहता है हम अपने बच्चों को। मगर फिर मेरा वीज़ा रिफ्यूज़ हो गया, हमने अप्लाई किया और फिर रिफ्यूज हो गया वीजा। तो उदों ताई शादी शुदा हो गई सी? नहीं नहीं पास्टर जी, शादी हाली शादी नहीं हुई। ओके, शादी दा हाली बच्ची थी। बच्ची, ठीक है ठीक है। ओके, तुसी अप्लाई कर रहे हैगे के इंग्लैंड आउण दे? बिल्कुल बिल्कुल। हां, रिफ्यूज हो गया? रिफ्यूज हो गया। तुहानूं वी पता, जदों एक वारी रिफ्यूज हो जांदा हैगा वीजा, किन्ना मुश्किल हैगा आ कि उहनूं मुड़ के अथॉरिटीज़ दे विच देणा। पर ये भी एक तरह का टेस्ट सी? टेस्ट सी, हाँ जी। परमेश्वर जी, ये भी एक तरह टेस्ट सी पास्टर जी, परमेश्वर ने हमें, मुझे निकाला फिर इससे, और मम्मी पापा बड़े परेशान, मैंने खाना भी छोड़ दिया। मैं छोटे थे, नहीं समझती मैं नहीं खाना खाऊंगी, मुझे वीज़ा चाहिए, मुझे इंग्लैंड जाना है। वही जो लगा हुआ था, घूम के गई थी, मुझे पता था मैंने जाना ही जाना है, मैंने पैसे कमाने वहाँ जाकर, यही था। तो फिर ऐसे करके, तो फिर दूसरी बार, फिर जो मेरा एजेंट था उसने बोला 3 महीने बाद अप्लाई करेंगे। फिर 3 महीने बाद अप्लाई किया, बड़ी प्रेयर लगी रही, मम्मी भी बहुत प्रेयर करने लगे, पास्टरों को सबको बोल दिया जो आते थे अपने घर में, और जो अपने चर्च के मेंबर थे, पास्टर थे, सब प्रेयर करने लग पड़े। तो एट द एंड मुझे वीज़ा मिल गया। प्रेज़ गॉड जी। ठीक, ये परमेश्वर की बहुत बड़ी, मेरी पहली गवाही थी कि परमेश्वर ने कैसे दुआएं सुनी, मेरी भी दुआ सुनी। मैं भी दिन रात दुआ करती, प्रभु मेरा ये काम कर दे तेरे लिए, मैं ये करूँगी, लालच देते ना जैसे जी। मैंने परमेश्वर, मतलब परमेश्वर तो हम अपने बच्चों को प्यार करता है जी, तो मैंने भी बड़ा लालच दिया, प्रभु जब मैं जाऊंगी ना काम मिल जाएगा, ये तो कर बहुत तेरे खुशी दा, खुशी दा मौका जी, बहुत खुशी का मौका पास हुई, बहुत खुशी, मैं बहुत खुशी, क्योंकि मेरी फैमिली में 5 भाई बहनों में मैं ही थी जो पहले। तुसी कोर्स की अप्लाई कीता उधर बारे दसो? मैंने कोर्स अप्लाई किया था अपना HM होटल मैनेजमेंट यहाँ पर इंग्लैंड में। तो फिर ना वो मैंने कोर्स काफ़ी थे, मगर मैं HM मैंने चूज़ किया, क्योंकि मुझे पता था इसमें एयरलाइन में भी मैं जा सकती हूँ, होटल लाइन में भी जा सकती हूँ, रेस्टोरेंट लाइन में भी जा सकती हूँ, फूड इंडस्ट्री, कुकिंग में काफ़ी कोर्स थे इसमें, तो मैंने ये चुना। ओके जी। फिर पास्टर जी बाद में ना जब यहाँ पर आ गए, फिर मेरी सपोर्ट करने के लिए कोई नहीं था, फैमिली थी यहाँ पर, मेरे डैड के भी, मेरे दादा दादी के भी मतलब थे, रिश्तेदार ना और बाकी भी थे काफ़ी, बट मेरी फ्रेंड्स थी यहाँ पर,
उन्होंने मेरे को सपोर्ट किया, बाकी भी करते थे मगर मैं उनके साथ, मैंने बोला कि किसी के ऊपर डिपेंड नहीं होना, बस ये आपको पता है इस कंट्री में, इंग्लैंड की कंट्री में किसी के ऊपर डिपेंड करना हार्ड हो जाता है। तो फिर मैं अपनी दो मेरी फ्रेंड्स थी, मैं उनके साथ रही, मेरे बाकी रिलेटिव मिलते रहे थे मेरे को भी, उन्होंने मेरे को भी सपोर्ट किया, मेरी फैमिली में भी, वो मेरा रेंट देते थे, मेरा खाने खर्चा, कॉलेज फिर मैं जाना शुरू किया। ऐसे धीरे धीरे करके परमेश्वर ने मेरी ज़िंदगी में बहुत से अच्छे काम किए, यहाँ पर संभाला, कोई बुरी संगति में नहीं जाने दिए। मैं यही अपने जो नौजवान इस समय देख रहे हैं मेरी ज़िंदगी को, मैं यही बताऊँगी कि परमेश्वर ने मुझे हमेशा अपने हाथों में संभाल कर रखा। इस कंट्री में मैं अकेली आई थी, तो चाहे मेरे अपने फ्रेंड्स थे, अपने रिश्तेदार थे, मगर जो परमेश्वर का हाथ मेरे सर पर था, उसके अलावा मुझे किसी की ज़रूरत नहीं थी। ठीक है, सो बहुत खुश हैं तुसी जी जी, और इंग्लैंड आ गए हैं जी जी, ਤਾਂ ਤੁਸੀਂ ਇੰਜੋਏ ਕਰ ਰਹੇ ਹੈਗੇ। ਹੁਣ ਮੈਂ ਇੱਥੇ ਚਾਹੁੰਦਾ ਹੈਗਾ ਕਿ ਉਹ ਖੁਸ਼ੀ ਜਿਹੜੀ ਤੁਹਾਡੇ ਵਿੱਚ ਸੀਗੀ, ਤੁਹਾਨੂੰ ਤਾਂ ਪਤਾ ਖੁਦਾ ਨੇ ਕੰਮ ਕੀਤਾ, ਤਾਂ ਤੁਹਾਡੇ ਫਿਰ ਤੁਸੀਂ ਜਦੋਂ ਬੰਦਾ ਖੁਸ਼ ਹੁੰਦਾ ਤਾਂ ਗਾਣੇ ਵੀ ਗਾਉਂਦਾ। ਬਿਲਕੁਲ ਬਿਲਕੁਲ ਹਾਂਜੀ। ਤਾਂ ਤੁਸੀਂ ਕਿਹੜਾ ਗਾਣਾ ਸਾਨੂੰ ਸੁਣਾਓਗੇ ਫਿਰ? ਮੈਂ ਬਸ ਜੀ ਡਾਇਰੀ ਮੈਂ ਦੇਖ ਲੂੰ ਬਣਾ ਇੱਕ ਗਾਣਾ ਜੋ ਮੇਰਾ ਫੇਵਰੇਟ ਗਾਣਾ ਹੈ, ਉਹ ਮੈਂ ਗੁਣਗੁਣਾਉਂਗੀ ਪਰਮੇਸ਼ਰ ਕੀ ਮਹਿਮਾ ਕੇ ਲਈ। ਤੁਸੀਂ ਜ਼ਰੂਰ, ਔਰ ਇਹ ਬਿੰਦੂ ਗਾਏਗੀ, ਔਰ ਗਾਣੇ ਤੋਂ ਬਾਅਦ ਹੀ ਆਪਾਂ ਬ੍ਰੇਕ ਦੇ ਵਿੱਚ ਜਾਵਾਂਗੇ ਔਰ ਤੁਹਾਨੂੰ ਫਿਰ ਮਿਲਦੇ ਹੈਗੇ, ਪਰ ਪਹਿਲੋਂ ਗਾਣਾ ਸੁਣੋ ਜੀ। ਯੇਸ਼ੂ ਰਾਜਾ ਦਿਲ ਮੇ ਸਮਾ ਜਾ, ਮੈਂ ਸਨਾ ਤੇਰੀ ਗਾਉਂ, ਮੈਂ ਸਨਾ ਤੇਰੀ ਗਾਉਂ, ਮੈਂ ਸਨਾ ਤੇਰੀ ਗਾਉਂ, ਮੈਂ ਸਨਾ ਤੇਰੀ ਗਾਉਂ, ਮੈਂ ਸਨਾ ਤੇਰੀ ਗਾਉਂ। ਆਖੋ ਮੇ ਬਸ ਤੂੰ ਹੀ ਤੂੰ ਹੋ, ਆਖੋ ਮੇ ਬਸ ਤੂੰ ਹੀ ਤੂੰ ਹੋ, ਸੋਚੋ ਮੇ ਬਸ ਤੂੰ ਹੀ।